வாரி கால்சா வைஃபத்து பிரபல மன் கி பாத் பேஜன் ஜாவிட்டர் பூமி ஷிரோனக கோவிந்தனே ராஷ்டிரபதி வரும் ਭਾਜਪਾ ਦੇ ਸਿਆਸੀ ਝੰਡੇ ਪੂਰੇ ਕੀਤੇ ਮਹਿਬੂਬਾ ਬਿਲਕੁਲ ਸੱਚ ਬੋਲਦੀ ਏ ਕੋਵਿੰਦ ਰਾਸ਼ਟਰਪਤੀ ਨੇ ਮੋਦੀ ਦਾ ਠੋਕਾ ਸੀ ਤੇ ਜਿਹੜੀ ਹੁਣ ਨਵੀਂ ਮੁਰਮੂ ਬਣੀ ਏ ਇਹਨੂੰ ਰਾਸ਼ਟਰਪਤੀ ਬਣਾਉਣਾ ਵੀ ਮੋਦੀ ਦੀ ਇੱਕ ਸਿਆਸੀ ਜਾਲ ਏ ਕਿ ਮੈਂ ਜਿਹੜੇ ਘੱਟ ਗਿਆ ਸ਼ਡਿਊਲ ਕਾਸਟ ਨੇ ਜਾਂ ਆਦਿਵਾਸੀ ਨੇ ਉਹਨਾਂ ਨੂੰ ਪਹਿਲ ਦਿੱਤੀ ਏ ਅਸਲ ਵਿਚ ਉਹਨੇ ਉਹਨਾਂ ਦਾ ਵੋਟ ਬੈਂਕ ਪੱਕਾ ਕਰਨਾ ਤੇ ਆਦਿਵਾਸੀ ਵੀ ਮੈਨੂੰ ਲੱਗਦਾ ਹੁਣ ਮੂਰਖ ਬਣਨਗੇ ਤੇ ਮੋਦੀ ਦੀ ਬੋਲੀ ਬੋਲਣਗੇ ਉਹਨਾਂ ਨੂੰ ਨਹੀਂ ਪਤਾ ਲੱਗਣਾ ਅੰਦਰੋਂ ਅੰਦਰੋਂ ਸਾਡੇ ਨਾਲ ਮਿਸਬਿਹੇਵ ਵੀ ਹੋਣਾ ਤੇ ਉਤੋਂ ਸਾਡੀ ਲੇਡੀ ਨੂੰ ਰਾਸ਼ਟਰਪਤੀ ਬਣਾ ਕੇ ਉਹਦਾ ਮੂੰਹ ਬੰਦ ਕੀਤਾ ਗਿਆ ਜਦੋਂ ਕਿਸੇ ਨੂੰ ਅਹੁਦਾ ਮਿਲ ਜਾਂਦਾ ਉਹਦਾ ਮੂੰਹ ਬੰਦ ਹੋ ਜਾਂਦਾ ਮੈਂ ਪਿੱਛੇ ਜੇ ਕਸ਼ਮੀਰ ਗਿਆ ਸੀ ਤੇ ਮੈਨੂੰ ਇੱਕ ਲੇਡੀ ਮਿਲੀ ਸੀ ਉਹਦਾ ਨਾਮ ਯਾਦ ਨਹੀਂ ਆ ਰਿਹਾ ਬਾਰਾਮੂਲਾ ਦੀ ਚੇਅਰਪਰਸਨ ਸ਼ਫੀਨਾ ਜਾਂ ਇਸ ਤਰ੍ਹਾਂ ਕੋਈ ਨਾਮ ਸੀ ਨਾਂ ਫਿਰ ਦੱਸ ਦਿਆਂਗਾ ਤੇ ਉਹ ਤੇ ਉਹਦੇ ਬ੍ਰਦਰ ਤੇ ਉਹਦੀ ਭਾਬੀ ਨੇ ਕਿਹਾ ਕਿ ਅਸੀਂ ਆਪਣਾ ਮੋਦੀ ਨਾਲ ਮੀਟਿੰਗ ਕਰਕੇ ਆਏ ਹਾਂ ਤੇ ਮੈਂ ਕਿਹਾ ਸ਼ਫੀਨਾ ਬੇਗ ਕਿ ਤੁਸੀਂ ਮੋਦੀ ਨੂੰ ਕਿਉਂ ਨਹੀਂ ਦੱਸਦੇ ਕਿ ਤੂੰ ਇੱਕ ਫਿਰਕਾ ਪ੍ਰਸਤ ਆਦਮੀ ਹੈ ਤੇ ਤੂੰ ਉਧਰੋਂ ਐਂਟੀ ਮੁਸਲਿਮ ਵੀ ਹੈ ਤੇ ਐਂਟੀ ਸਿੱਖ ਵੀ ਹੈ ਐਂਟੀ ਈਸਾਈ ਵੀ ਹੈ ਤੇ ਤੂੰ ਇਨਸਾਨੀਅਤ ਦਾ ਪੁਜਾਰੀ ਨਹੀਂ ਤੂੰ ਹਵਾਨ ਹੈ ਉਹ ਕਹਿੰਦੀ ਆਪੋ ਆਪਣੇ ਵਿਚਾਰ ਨੇ ਮੈਂ ਕਿਹਾ ਜੀ ਤੁਸੀਂ ਇੱਕ ਬੁਜ਼ਦਿਲ ਔਰਤ ਹੋ ਤੁਹਾਨੂੰ ਮਿਲ ਗਿਆ ਅਹੁਦਾ ਹੁਣ ਤੁਸੀਂ ਬੋਲੋਗੇ ਨਹੀਂ ਏਦਾਂ ਹੀ ਡਾਕਟਰ ਮਨਮੋਹਨ ਸਿੰਘ ਨੂੰ ਬਣਾਇਆ ਗਿਆ ਸੀ ਪ੍ਰਧਾਨ ਮੰਤਰੀ ਸੋਨੀਆ ਨੇ ਆਪਣੀ ਲੋੜ ਨੂੰ ਕਿਉਂਕਿ ਸੋਨੀਆ ਦੀ ਭਾਜਪਾ ਨੇ ਦਾਲ ਨਹੀਂ ਸੀ ਗੱਲ ਦਿੱਤੀ ਤੇ ਮਨਮੋਹਨ ਸਿੰਘ ਜੀ ਸਿਰਫ ਤਨ ਦੇ ਸਿੱਖ ਨੇ ਮਨ ਦੇ ਸਿੱਖ ਨਹੀਂ ਐਡੇ ਘੁੱਗੇ ਬਣੇ ਜਿੰਨੇ ਮਰਜ਼ੀ ਘੁਟਾਲੇ ਹੋਏ ਉਹ ਬੋਲੇ ਨਹੀਂ ਜੋ ਸੋਨੀਆ ਕਹਿੰਦੀ ਸੀ ਉਹ ਕਰਦੇ ਸਨ ਤੇ ਹਰ ਜਗ੍ਹਾ ਸੋਨੀਆ ਤੇ ਰਾਓ ਦੀ ਚਾਪਲੂਸੀ ਕਰਦੇ ਸਨ ਲੱਖ ਲਾਣ ਦੇ ਡਾਕਟਰ ਮਨਮੋਹਨ ਸਿੰਘ ਤੇ ਜਿਹੜਾ ਬੰਦਾ ਰਿਜ਼ਰਵ ਬੈਂਕ ਦਾ ਗਵਰਨਰ ਰਿਹਾ ਹੋਵੇ ਵਰਲਡ ਫੇਮਸ ਇਕਾਨਮਿਸਟ ਹੋਵੇ ਅਤੇ ਬੁਜ਼ਦਿਲੀ ਚ ਗੁਣ ਗਾਵੇ ਇਹਨਾਂ ਲੋਕਾਂ ਦੇ ਕਿਉਂਕਿ ਜਿਹੜਾ ਬੰਦਾ ਅੰਦਰੋਂ ਸਹੀ ਹੁੰਦਾ ਉਹ ਸਹੀ ਨੂੰ ਸਹੀ ਕਹਿੰਦਾ ਤੇ ਗਲਤ ਨੂੰ ਗਲਤ ਕਹਿੰਦਾ ਇਹ ਸਾਡੇ ਦੇਸ਼ ਵਿਚ ਜਦੋਂ ਅਹੁਦਾ ਮਿਲ ਜਾਂਦਾ ਹਰ ਬੰਦਾ ਬੁਜ਼ੁਰਗ ਬਣ ਜਾਂਦਾ ਭਾਵੇਂ ਉਹ ਕੋਵਿੰਦ ਹੋਵੇ ਕੋਵਿੰਦ ਖੈਰ ਆਈ ਇਹਨਾਂ ਦਾ ਬੰਦਾ ਸੀ ਮੈਨੂੰ ਦ੍ਰੋਪਦੀ ਮੁਰਮੀ ਤੋਂ ਵੀ ਇਹੀ ਆਸ ਏ ਕਿ ਭਾਵੇਂ ਹੈ ਆਦਿਵਾਸੀ ਲੇਕਿਨ ਇਹਨੇ ਹੁਣ ਮੋਦੀ ਦੀ ਬੋਲੀ ਬੋਲਿਆ ਕਰਨੀ ਏ ਜੇ ਕੋਈ ਜੱਜ ਦੀ ਗੱਲ ਕਰੇਗੀ ਆਪਾਂ ਸਪੋਰਟ ਕਰ ਦਿਆਂਗੇ ਇੱਥੇ ਸਾਰਾ ਸੰਸਾਰ ਦ੍ਰੋਪਦੀ ਮੁਰਮੀ ਨੂੰ ਅਗੇਂਸਟ ਹੋਏਗਾ ਤੇ ਮੈਂ ਜਿਹੜੇ ਆਦਿਵਾਸੀ ਲੋਕ ਨੇ ਉਹਨਾਂ ਨੂੰ ਕਹਾਂਗਾ ਐਵੇਂ ਮੋਦੀ ਦੀ ਇਮੋਸ਼ਨਲੀ ਬਲੈਕਮੇਲ ਕਰਨ ਗੱਲ ਜਨਾਉਣਾ ਮੈਂ ਆਪਣੀ ਵਾਈਫ ਦੀ ਇਗਜ਼ਾਮਪਲ ਦਿੰਦਾ ਬੜੀ ਖੁਸ਼ ਹੋ ਰਹੀ ਸੀ ਕਿ ਮੋਦੀ ਨੇ ਲਾਲ ਕਿਲੇ ਤੇ ਗੁਰੂ ਤੇਗ ਬਹਾਦਰ ਜੀ ਦਾ ਪੁਰ ਮਨਾਇਆ ਤੇ ਮੈਂ ਕਿਹਾ ਜੀ ਇਮੋਸ਼ਨਲੀ ਬਲੈਕਮੇਲ ਕਰ ਰਿਹਾ ਅੰਦਰੋਂ ਬੰਦਾ ਐਂਟੀ ਸਿੱਖ ਏ ਤੇ ਹੁਣ ਉਹ ਵੀ ਮੰਦੀ ਤੁਹਾਡੀਆਂ ਗੱਲਾਂ ਠੀਕ ਸਨ ਸੋ ਕਹਿਣ ਤੋਂ ਭਾਵੇਂ ਮੈਂ ਨਹੀਂ ਹਾਂ ਜਮਾਨੇ ਦਾ ਠੱਗ ਮੈਂ ਜਾਣਦਾ ਹਾਂ ਸਭ ਦੀ ਰਗ ਰਗ ਇਹ ਗੱਲ ਮੈਂ ਕਰਨੀ ਸੀ ਆਪਣਾ ਕੋਵਿੰਦ ਬਾਰੇ ਤੇ ਦ੍ਰੋਪਦੀ ਮੁਰਮੀ ਬਾਰੇ ਹੁਣ ਇੱਕ ਹੋਰ ਵੀਡੀਓ ਪਾ ਰਿਹਾ।